ਹਾਂਜੀ ਸਤਿ ਸ੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀਆਨੂ ਜੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਪੂਰਵ ਅਨੁਮਾਨ ਮਾਨਸੂਨ 2020 ਦਾ ਲੈ ਕੇ ਹਾਜ਼ਰ ਹਾਂ ਜੀ ਆਪਾਂ ਤੁਹਾਨੂੰ ਅਗਸਤ ਸਤੰਬਰ ਦੇ ਵਿੱਚ ਪੰਜਾਬ ਦੇ ਵਿੱਚ ਮਾਨਸੂਨ ਦੀ ਕੀ ਸਥਿਤੀ ਰਹੇਗੀ ਜੀ ਉਸ ਦੇ ਬਾਰੇ ਪੂਰੀ ਡਿਟੇਲ ਦੇ ਵਾਈਜ਼ ਵੀਡੀਓ ਦਵਾਂਗੇ ਤੇ ਜੁਲਾਈ ਦੇ ਵਿੱਚ ਜਿਹੜੀਆਂ ਬਰਸਾਤਾਂ ਉਹ ਕਿਵੇਂ ਰਗੀਆਂ ਵੀ ਔਸਤ ਤੋਂ ਬਾਅਦ ਮਾਨਸੂਨ ਸੀਜ਼ਨ ਦੇ ਦੂਜੇ ਅੱਧ ਦੇ ਵਿੱਚ ਬਰਸਾਤਾਂ ਦੇ ਵਿੱਚ ਜਿਹੜਾ ਵਾਅਦਾ ਹੋਇਆ ਸੀ ਜੁਲਾਈ ਦੇ ਵਿੱਚ ਉਸ ਦੇ ਆਧਾਰ ਤੇ ਆਪਾਂ ਅਗਸਤ ਤੇ ਸਤੰਬਰ ਮਹੀਨੇ ਦੇ ਵਿੱਚ ਸੂਬੇ ਪੰਜਾਬ ਦੇ ਵਿੱਚ ਜਿਹੜਾ ਮੌਸਮ ਦੀ ਰਿਪੋਰਟ ਰਹੇਗੀ ਜੋ ਮੌਸਮ ਰਹੇਗਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਜੀ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਸ਼ੁਰੂਆਤ ਆਪਾਂ ਦੋਸਤੋ ਕਰਾਂਗੇ ਜੀ ਅਗਸਤ ਤੋਂ ਸੋ ਸਾਨੂੰ ਅੱਜ ਸਵੇਰੇ-ਸਵੇਰੇ ਗਰਾਊਂਡ ਰਿਪੋਰਟ ਮਿਲੀ ਆ ਕਿ ਸੂਬੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਭਾਰੀ ਮੀਂਹ ਪਿਆ ਜੀ ਜੇਕਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਪਿਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਪਿੰਡ ਦਾ ਨਾਂ ਜ਼ਿਲ੍ਹੇ ਦਾ ਨਾਂ ਤੇ ਜਾਂ ਆਪਣੇ ਸ਼ਹਿਰ ਦਾ ਨਾਂ ਲਿਖ ਕੇ ਗਰਾਊਂਡ ਰਿਪੋਰਟ ਦੇ ਸਕਦੇ ਹੋ ਤਾਂ ਜੋ ਸਾਰੇ ਪੰਜਾਬ ਵਾਸੀਆਂ ਨੂੰ ਜਾਣਕਾਰੀ ਮਿਲ ਸਕੇ ਹੁਣ ਆਪਾਂ ਅਗਸਤ ਦੀ ਗੱਲ ਕਰਦੇ ਹਾਂ ਜੀ ਅਗਸਤ ਦੇ ਵਿੱਚ ਔਸਤ ਨਾਲੋਂ ਜ਼ਿਆਦਾ ਬਰਸਾਤਾਂ ਦੇ ਅਸਾਰ ਹਨ ਖਾਸ ਕਰਕੇ ਮਹੀਨੇ ਦੇ ਦੂਜੇ ਹਫਤੇ ਤੋਂ ਸਰੋਤੇ ਵੀਰ ਤੇ ਕਿਸਾਨ ਵੀਰ ਨੋਟ ਕਰਨ ਜੀ ਮੌਸਮ ਵਿਭਾਗ ਦੇ ਡਾਇਰੈਕਟਰ ਸਤਿੰਦਰ ਜੈਨ ਵੱਲੋਂ ਦੱਸਿਆ ਗਿਆ ਹੈ ਜੀ ਕਿ ਬਰਸਾਤਾਂ ਦੇ ਔਸਤ ਦੇ ਨਾਲੋਂ ਜ਼ਿਆਦਾ ਅਸਾਰ ਹਨ ਖਾਸ ਕਰਕੇ ਮਹੀਨੇ ਦੇ ਦੂਜੇ ਹਫਤੇ ਤੋਂ ਤਿੰਨ ਹਫਤੇ ਮਾਨਸੂਨ ਜੁਲਾਈ ਦੀ ਤੁਲਨਾ ਚ ਕਾਫੀ ਬਿਹਤਰ ਰਹੇਗਾ ਸੋ ਤਿੰਨੇ ਹਫਤੇ ਮਾਨਸੂਨ ਦਾ ਜਿਹੜਾ ਉਹ ਜੁਲਾਈ ਦੀ ਤੁਲਨਾ ਚ ਕਾਫੀ ਬਿਹਤਰ ਰਹੇਗਾ ਜੀ ਜੇ ਆਪਾਂ ਸਤੰਬਰ ਦੀ ਗੱਲ ਕਰਦੀਏ ਤਾਂ ਜੀ ਮਾਨਸੂਨ ਦਾ ਆਖਰੀ ਮਹੀਨਾ ਸਤੰਬਰ ਮਾਨਸੂਨ ਦਾ ਆਖਰੀ ਮਹੀਨਾ ਨਾ ਤਾਂ ਕੇਵਲ ਪੰਜਾਬ ਬਲਕਿ ਪੂਰੇ ਮੁਲਕ ਚੋਂ ਔਸਤ ਨਾਲੋਂ ਵਧੇਰੇ ਬਰਸਾਤਾਂ ਦੇ ਸਕਦਾ ਹੈ ਜਾਨੀ ਕਿ ਜਿਸ ਤਰ੍ਹਾਂ ਜੁਲਾਈ ਦੇ ਤੀਜੇ ਹਫਤੇ ਤੋਂ ਦੂਜੇ ਹਫਤੇ ਤੋਂ ਜਿਹੜੀਆਂ ਮੀਂਹ ਸਟਾਰਟ ਹੋਣਗੇ ਉਹ ਸਤੰਬਰ ਦੇ ਵਿੱਚ ਵੀ ਜਾਰੀ ਰਹਿ ਸਕਦੇ ਹਨ ਜੀ ਪੰਜਾਬ ਚੋਂ ਬਰਸਾਤਾਂ ਦਾ ਜ਼ਿਆਦਾ ਯੋਗਦਾਨ ਪੂਰਬੀ ਮਾਲਵਾ ਦੇ ਜ਼ਿਲ੍ਹਿਆਂ ਤੋਂ ਆਵੇਗਾ 21 ਜੂਨ ਨੂੰ ਜਿਹੜਾ ਜਾਰੀ ਕੀਤੇ ਗਏ ਪੂਰਵ ਮੌਸਮ ਅਨੁਮਾਨ ਜਿਹੜੀਆਂ ਵੱਧ ਬਰਸਾਤਾਂ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ ਜਿਹੜੀ ਅਸੀਂ ਇਨਫੋਰਮੇਸ਼ਨ ਤੁਹਾਨੂੰ 21 ਜੂਨ ਨੂੰ ਦਿੱਤੀ ਸੀ ਸੋ ਹੁਣ ਜੇ ਅਗਸਤ ਦੀ ਗੱਲ ਕਰੀਏ ਤਾਂ ਜੀ ਅਗਸਤ ਦੇ ਦੂਜੇ ਹਫਤੇ ਤੋਂ ਜਿਹੜਾ ਉਹ ਜਿਆਦੀਆਂ ਬਰਸਾਤਾਂ ਕਿਹੜੇ ਜ਼ਿਲ੍ਹਿਆਂ ਚ ਜਾਰੀ ਰਹਿਣਗੀਆਂ ਕਿਹੜੇ ਜ਼ਿਲ੍ਹਿਆਂ ਚ ਘੱਟ ਬਰਸਾਤਾਂ ਤੇ ਕਿਹੜਿਆ ਚੂਕਾਂ ਵੀ ਦਰਜ ਕੀਤੀ ਜਾਵੇਗੀ ਤਰਤੀਬવાર ਤੁਸੀਂ ਜ਼ਿਲ੍ਹੇ ਨੋਟ ਕਰ ਲਓ ਜੀ ਸਭ ਤੋਂ ਜ਼ਿਆਦਾ ਜਿਹੜੀਆਂ ਬਰਸਾਤਾ ਜਾਰੀ ਰਹਿਣਗੀਆਂ ਜੀ ਉਹਨਾਂ ਦੇ ਵਿੱਚ ਫਤਿਹਗੜ ਸਾਹਿਬ, ਸੰਗਰੂਰ, ਬਰਨਾਲਾ, ਲੁਧਿਆਣਾ, ਮੋਗਾ, ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ ਤੇ ਮੁਕਤਸਰ ਸਾਹਿਬ। ਘੱਟ ਬਰਸਾਤਾ ਵਾਲੇ ਜ਼ਿਲ੍ਹੇ ਨੋਟ ਕਰ ਲਓ ਜੀ, ਮਾਨਸਾ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ। ਇਸ ਤੋਂ ਇਲਾਵਾ ਜੀ ਹਸ਼ਿਆਰਪੁਰ, ਗਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਘੱਟ ਬਰਸਾਤਾ ਰਹਿਣਗੀਆਂ। ਕਮੀ ਜਿੱਥੇ ਰਹੇਗੀ ਜੀ ਮੀਂਹ ਦੀ ਬਰਸਾਤਾ ਦੀ ਜਿਹੜੇ ਦੋ ਜ਼ਿਲ੍ਹਿਆਂ ਦੇ ਵਿੱਚ ਕਮੀ ਰਹੇਗੀ ਉਹ ਰਹੇਗੀ ਜੀ ਤਰਨ ਤਰਨ ਤੇ ਪਠਾਨਕੋਟ ਦੇ ਵਿੱਚ ਕੁੱਲ ਮਿਲਾ ਕੇ ਪੰਜਾਬ ਚ ਮਾਨਸੂਨ ਔਸਤ ਨਾਲੋਂ ਵੱਧ ਬਰਸਾਤਾਂ ਦੇ ਨਾਲ ਖਤਮ ਹੋਵੇਗੀ ਜੀ ਇਹ ਮੌਸਮ ਵਿਭਾਗ ਦੇ ਵੱਲੋਂ ਡਿਟੇਲ ਇਨਫੋਰਮੇਸ਼ਨ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੀ ਉਸ ਨੂੰ ਸਪੈਸ਼ਲ ਇਸ ਵੀਡੀਓ ਦੇ ਰਾਹੀਂ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਅਸੀਂ ਤੁਹਾਡੇ ਨਾਲ ਸ਼੍ਰੋਤੇ ਵੀਰਾਂ ਦੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਤਾਂ ਜੋ ਸ਼੍ਰੋਤੇ ਵੀਰਾਂ ਨੂੰ ਵੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਅਲਰਟ ਜਾਣਕਾਰੀ ਅਗਾਹੂ ਹੀ ਮਿਲ ਸਕੇ ਸੋ ਦੋਸਤੋ ਏਸੀਜੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਵਿਸ਼ੇਸ਼ ਬੁਲੇਟਨ ਜਿੰਸ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਅਗਸਤ ਅਤੇ ਕੁਝ ਸਤੰਬਰ ਦੇ ਮਹੀਨੇ ਦੀ ਜਾਣਕਾਰੀ ਦਿੱਤੀ ਹੈ ਕਿੱਥੇ ਮੀਂਹ ਜ਼ਿਆਦਾ ਕਿੱਥੇ ਘੱਟ ਤੇ ਕਿੱਥੇ ਕਮੀ ਰਹੇਗੀ ਜੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਵੀ ਆਪਾਂ ਡਿਟੇਲ ਵਾਈਜ਼ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ